ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਹਾਨੂੰ 1985 ਵਰਾਇਟੀ ਬਾਰੇ ਜਾਣਕਾਰੀ ਦੇਣ ਲੱਗੇ ਹਾਂ। ਇਹ ਵਰਾਇਟੀ ਦੋਸਤੋ ਐਵੇਂ ਦੀ ਆ, ਜਿੱਥੇ ਤੁਸੀਂ ਲਾ ਲਈ ਇਹ ਵਰਾਇਟੀ, ਇਹਦੇ ਵਿੱਚ ਨਾ ਤਾਂ ਕੋਈ ਦੂਜਾ ਝੋਨਾ ਉੱਗੂਗਾ, ਨਾ ਹੀ ਕੋਈ ਤੱਲੇ ਦੀ ਸਮੱਸਿਆ ਜਾਂ ਕੋਈ ਹੋਰ ਵੀ ਨਦੀਨ ਜਿਹੜੇ ਆ ਉਹ ਬਿਲਕੁਲ ਨਹੀਂ ਉੱਗਣਗੇ, ਕਿਉਂਕਿ ਇਹਦੇ ਉੱਤੇ ਇੱਕ ਐਵੇਂ ਦੀ ਸਪਰੇ ਹੁੰਦੀ ਹੈ, ਪਰਸ਼ੂਟ ਜਿਹਨੂੰ ਕਹਿੰਦੇ ਆ, ਜਦੋਂ ਆਪਾਂ ਉਹ ਸਪਰੇ ਕਰ ਦਿੰਦੇ ਹਾਂ ਅਤੇ ਨਾਲ ਜਿਹੜੇ ਆਪਾਂ ਜਦੋਂ ਵੀ ਕੋਈ ਝੋਨਾ ਲਾਉਣੇ, ਖਾਸ ਕਰਕੇ ਆਪਣੇ ਏਰੀਏ ਹਬੋਰ ਦੇ ਵਿੱਚ ਨਦੀਨਾਂ ਦੀ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਆ, ਜਦੋਂ ਆਪਾਂ ਇਹਦੇ 'ਤੇ ਪਰਸ਼ੂਟ ਦੀ ਸਪਰੇ ਕਰਤੀ, ਇਹਨੇ ਹੋਰ ਇਹਦੇ ਨਾਲ ਜਿਹੜੇ ਵੀ ਵਰਾਇਟੀ ਦਾ ਕੋਈ ਝੋਨਾ ਉੱਗੂਗਾ ਉਹਨੂੰ ਖਤਮ ਕਰ ਦੂਗੀ, ਜਿੰਨੇ ਵੀ ਹੋਰ ਨਦੀਨ ਉੱਗਦੇ ਉਹ ਸਾਰੇ ਮਤਲਬ ਕਿ ਖਤਮ ਹੋ ਜਾਣਗੇ। ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਬਾਈ। ਸਾਰੇ ਸੋਸ਼ਲ ਮੀਡੀਆ 'ਤੇ 1985 ਦੀ ਬਹੁਤ ਜ਼ਿਆਦਾ ਚਰਚਾ ਹੋ ਰਹੀ ਬਾਸਪਤੀ ਦੀ, ਇਹਦੇ 'ਚ ਕੀ ਪਾਤਾ ਸਮੇਂ ਦੇ ਵਿੱਚ ਵੀ ਇਹ ਨਦੀਨ ਨਹੀਂ ਹੋਰ ਉੱਗਣ ਦਿੰਦੀ, ਥੋੜ੍ਹਾ ਜਿਹਾ ਵਿਸਤਾਰ ਨਾਲ ਤੁਸੀਂ ਦੱਸੋ ਵੀ ਆਪਣੇ ਜਿਹੜੇ ਦਰਸ਼ਕ ਦੇਖਦੇ ਉਹਨਾਂ ਨੂੰ। ਸਭ ਤੋਂ ਪਹਿਲਾਂ ਤਾਂ ਜੋ ਵੀ ਦਰਸ਼ਕ ਵੀਰ ਦੇਖ ਰਹੇ ਆ ਸਾਰਿਆਂ ਦਾ ਧੰਨਵਾਦ। ਤਾਂ ਜਿਹੜੀ ਇਹ ਵਰਾਇਟੀ ਹੈਗੀ 1985, ਤਾਂ ਇਹਦੇ ਵਿੱਚ ਕੀ ਕੀਤਾ, ਕੰਪਨੀ ਨੇ ਨੂਜੀਬੀਡੂ ਸੀੜੇ ਨੂੰ ਦੇ ਰਹੀ ਹੈ ਗੋਲਡ ਸਟਾਰ ਐਚ ਟੀ ਦੇ ਨਾਂ 'ਤੇ। ਐਚ ਟੀ ਮਤਲਬ ਹਰਬੀਸਾਈਡ ਟੋਲਰੈਂਸ। ਤਾਂ ਬਾਈ ਜੀ ਦੇਖੋ, ਜਿਹੜੀ ਸਾਡੇ ਨਦੀਨਿਆਂ ਦੀ ਬਹੁਤ ਸਮੱਸਿਆ ਸੀ, ਜਾਂ ਹੋਰ ਕੋਈ ਝੋਨੇ ਦਾ ਬੀਜ ਹਰਾ ਹੋ ਜਾਂਦਾ ਸੀ, ਝੋਨੇ ਦੇ ਵਿੱਚ ਪੁਰਾਣਾ ਬੀਜ ਪਿਆ ਸਮੇਂ ਦੇ ਅੱਗੇ, ਮਿਕਸਿੰਗ ਦੀ ਸਮੱਸਿਆ ਆ ਜਾਂਦੀ ਸੀ, ਤਾਂ ਹੁਣ ਇਹਨੂੰ ਹਰਬੀਸਾਈਡ ਟੋਲਰੈਂਸ ਕਰਤਾ। ਜਿਹੜੀ ਇਹ ਵਰਾਇਟੀ ਤੁਸੀਂ ਦੇਖ ਰਹੇ ਹੋ, ਇਹਦੇ ਉੱਪਰ ਅਮੇਜਾ ਥੈਪਰ ਇੱਕ ਟੈਕਨੀਕਲ ਆਉਂਦਾ ਹੈਗਾ, ਜਿਹਨੂੰ ਪਰਸ਼ੂਟ ਜਾਂ ਕਿਸਾਨ ਵੀਰ ਗੁਆਰੇ ਵਾਲੀ ਮੂੰਗੀ ਵਾਲੀ ਦੇ ਨਾਂ ਨਾਲ ਜਾਣਦੇ ਆ। ਬਿਲਕੁਲ, ਤਿੰਨ ਦਵਾਈਆਂ ਮਿਲਾ ਕੇ ਹੁੰਦੀਆਂ, ਤਾਂ ਉਹਦੀ ਦਵਾਈ ਜਿਹੜੀ ਸਪਰੇਅ ਹੈ ਇਹਦੇ ਉੱਪਰ ਹੋ ਜੂਗੀ 20-25 ਦਿਨ 'ਤੇ, ਜਿੰਨਾ ਵੀ ਕੋਈ ਘਾਹ ਕੱਖ ਫੂਸ ਹਰਾ ਹੋਇਆ ਜਾਂ ਕੋਈ ਹੋਰ ਝੋਨੇ ਦਾ ਵੀ ਹਰਾ ਹੋਇਆ ਤਾਂ ਉਹ ਸਾਰਾ ਮਰ ਜਾ ਕਰੂਗਾ, ਇਕੱਲੀ ਇਹ ਵਰਾਇਟੀ ਰਹਿ ਜਾ ਕਰੂ। ਸਾਡੇ ਏਰੀਆ ਹਬੋਰ ਦੇ ਵਿੱਚ ਖਾਸ ਕਰਕੇ ਬਾਗ ਪੱਟੇ ਤੱਲੇ ਦੀ ਬਹੁਤ ਜ਼ਿਆਦਾ ਸਮੱਸਿਆ ਹੈ, ਜੇ ਉੱਥੇ ਆਪਾਂ ਇਹ ਵਰਾਇਟੀ ਬੀਜਦੇ ਹਾਂ ਦੋਸਤੋ, ਵੀ ਵਰਾਇਟੀ ਆਪਾਂ ਨੂੰ ਇਹ ਬੀਜਣੀ ਪਊਗੀ ਜੇ ਪਰਸ਼ੂਟ ਕਰਨੀ ਹੈ ਤਾਂ ਹੋਰ ਕਿਸੇ ਝੋਨੇ 'ਤੇ ਨਹੀਂ। ਨਹੀਂ ਨਹੀਂ, ਜਿਹੜਾ ਤੁਸੀਂ ਇਹ ਤੁਹਾਨੂੰ ਇਹੀ ਧਿਆਨ ਰੱਖਣ ਜੋਗਾ, ਕਿਉਂਕਿ ਹੋਰ ਝੋਨਾ ਵੀ ਨਹੀਂ ਇਹਨੇ ਛੱਡਣਾ ਜੀ, ਪਰ ਝੂਟ ਨੇ ਸਾਰੇ ਝੋਨੇ ਮਾਰ ਦੂ, ਤੁਹਾਨੂੰ ਸਿਰਫ ਇਹੀ ਵਰਾਇਟੀ ਹੈ ਜਿਹੜੀ ਐਚ ਟੀ। ਹਾਂ, ਐਚ ਟੀ ਗੋਲਡ ਸਟਾਰ ਦੇ ਨਾਮ 'ਤੇ ਮਿਲ ਜੂ, ਹੋਰ ਵੀ ਤੁਹਾਡੇ ਮਿਲ ਜੂ, ਹਰ ਕਿਤੋਂ ਮਿਲ ਜੂਗੀ ਇਹ, ਨੂਜੀਬੀਡੂ ਕੰਪਨੀ ਨੂੰ ਸੇਲ ਕਰੂਗੀ। ਹਾਂਜੀ, ਤਾਂ ਇਹਨੂੰ ਇਸੇ ਝੋਨੇ 'ਤੇ ਹੀ ਤੁਸੀਂ ਦਵਾਈ ਕਰੋਗੇ, ਸਾਰੇ ਕੱਖ ਸਾਰੇ ਝੋਨੇ ਖਤਮ ਹੋ ਜਾਣਗੇ, ਇਕੱਲਾ ਇਹੀ ਝੋਨਾ ਅਤੇ ਰਹਿ ਜਾ ਕਰੂਗਾ। ਬਾਕੀ ਜਿਵੇਂ ਜਿਵੇਂ ਪ੍ਰੈਕਟਿਸ ਹੋਊਗੀ ਏਰੀਆ ਟੂ ਏਰੀਆ ਲੱਗੂਗਾ, ਦੇਖੋ ਇੱਥੇ ਕੁਛ ਨਹੀਂ ਛੱਡਿਆ ਨੇ, ਤੁਹਾਡੇ ਸਾਹਮਣੇ ਆ ਪਲੋਟ ਪੂਰਾ ਸਪਾਟ ਹੈ, ਇਸ ਤੋਂ ਪਰਲੇ ਪਾਸੇ ਵੀ ਇਹੀ ਝੋਨਾ ਲੱਗਿਆ, ਪਰ ਉਹ ਇਹ ਨਹੀਂ ਵਰਾਇਟੀ ਨਹੀਂ, ਮਤਲਬ ਐਚ ਟੀ ਨਹੀਂ, ਉਹ ਨੌਨ ਐਚ ਟੀ ਹੈ। ਤਾਂ ਨੌਨ ਐਚ ਟੀ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਉੱਪਰ ਨੀਚੇ ਬਹੁਤ ਕੁਛ ਦੇਖ ਰਹੇ ਹੋ, ਪਰ ਇਹ ਬਿਲਕੁਲ ਸਾਫ਼ ਆ, ਤੇ ਇਹ ਵਰਾਇਟੀ ਹੀ ਕਾਮਯਾਬ ਰਹੂਗੀ। ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਵੀ ਕਿੰਨਾ ਵਧੀਆ, ਮਤਲਬ ਕਿ ਇੱਕ ਸਾਰ ਝੋਨਾ ਖੜਾ, ਵੀ ਕੋਈ ਵੀ ਤੁਹਾਨੂੰ ਹੋਰ ਕਿਸੇ ਝੋਨੇ ਦਾ ਬੁੱਝਾ ਨਹੀਂ ਵਿੱਚ ਦਿਸ ਰਿਹਾ। ਤੇ ਬਾਈ ਜੀ ਇਹ 1509 ਦੀ ਸੋਧ ਹੈ ਜੀ, 1509 ਦਾ ਇੰਪਰੂਵਡ ਵਰਜ਼ਨ ਹੈ ਜੀ। ਠੀਕ ਹੈ ਜੀ, ਤੇ ਇਹ ਤਾਂ ਆਪਾਂ ਮੈਂ ਸੁਣ ਰਿਹਾ ਸੀਗਾ ਵੀ ਥੋੜਾ ਜਿਹਾ ਵਜਨ 'ਚ ਵੀ ਜ਼ਿਆਦਾ ਹੈਵੀ ਰਹਿੰਦਾ ਜੀ। ਹਾਂ, ਇਹਦਾ ਵਜਨ ਜਿਹੜਾ 1000 ਦਾਣੇ ਦਾ ਜੇ ਮੈਂ ਗੱਲ ਕਰਾਂ ਤਾਂ 30 ਗ੍ਰਾਮ ਪਲੱਸ ਇਹਦਾ ਵਜਨ ਆਉਂਦਾ ਹੈਗਾ। ਠੀਕ ਹੈ, ਝਾੜ ਜ਼ਿਆਦਾ ਦੇਊਗਾ। ਠੀਕ ਹੈ, ਝਾੜ ਦਾ ਨੈਚੁਰਲੀ ਵੀ 11-21 ਸੈਗਮੈਂਟ ਨਾਲ ਇਹਦਾ ਵੱਧ ਹੀ ਰਹਿੰਦਾ। ਠੀਕ ਹੈ, ਠੀਕ ਹੈ ਜੀ, ਤੇ ਤੁਹਾਡੀਆਂ ਇਸ ਟਾਈਮ ਦੋ ਆ ਰਹੀਆਂ ਜੀ, ਇੱਕ 11-21? ਹਾਂ, ਆਪਾਂ ਦੋ ਵਰਾਇਟੀਆਂ ਦਿੱਤੀਆਂ, ਦੂਸਰੀ ਉੱਧਰ ਲੱਗੀ ਵੀ ਉਹਦੀ ਆਪਾਂ ਤੁਹਾਨੂੰ ਦਿਖਾਵਾਂਗੇ। ਠੀਕ ਹੈ, ਉਹ 1979 ਹੈ, 11-21 ਦਾ ਇੰਪਰੂਵਡ ਵਰਜ਼ਨ ਹੈ, ਇਹ ਜਿਹੜਾ ਆਪਣੀ ਇੱਧਰ ਵਰਾਇਟੀ ਹੈ 1979 ਹੈ। ਠੀਕ ਹੈ ਜੀ, 11-21 ਨੂੰ ਇੰਪਰੂਵ ਕੀਤਾ ਹੈ। ਠੀਕ ਹੈ, ਕੁਸ਼ਾ ਬਾਸਮਤੀ IARI ਨੇ, ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਨੇ। ਠੀਕ ਹੈ, ਔਰ ਇਹ ਨੂਜੀਬੀਡੂ ਸੁਪਰ ਸਟਾਰ ਐਚ ਟੀ ਦੇ ਨਾਂ 'ਤੇ ਜਿਹੜਾ ਕਿਸਾਨਾਂ ਤੱਕ ਪਹੁੰਚਾਉਣ ਦਾ ਜਿੰਮਾ। ਠੀਕ ਹੈ, ਨੂਜੀਬੀਡੂ ਦਾ ਇਹਦੇ ਵਿੱਚ ਵੀ ਸੇਮ ਹੀ ਉਹੀ ਹੈ, ਜੇ ਆਪਾਂ ਕੋਈ ਜੇ ਆਪਣਾ ਕੋਈ ਨਦੀਨ ਉੱਗਦੇ ਤਾਂ ਇਹਦੇ 'ਚ ਵੀ ਸੇਮ ਸਪਰੇਅ ਕੰਮ ਕਰਦਾ। ਹਾਂ ਬਿਲਕੁਲ ਜੀ, ਕਿਉਂਕਿ ਆਪਣੇ ਦੋ ਤਰ੍ਹਾਂ ਦੇ ਪਸੰਦ ਦੇ ਕਿਸਾਨ ਆ, ਕੁਛ 1509 ਸੈਗਮੈਂਟ ਲਾਉਂਦੇ ਆ ਤਾਂ ਉਹਨਾਂ ਲਈ ਉਹ ਹੈ। ਠੀਕ ਹੈ ਜੀ, ਜਿਹੜੇ 11-21 ਸੈਗਮੈਂਟ ਦੇ ਪਸੰਦੀਦਾ ਕਿਸਾਨ ਨੇ ਤਾਂ 11-21 ਸੈਗਮੈਂਟ ਲਈ ਇਹ ਰਹੂਗਾ। ਠੀਕ ਹੈ, ਔਰ ਇਹਦੇ ਵਿੱਚ ਵੀ ਸੇਮ ਉਹੀ ਟੈਕਨੋਲੋਜੀ ਹੈ ਕਿ ਇਹਦੇ ਉੱਪਰ ਅਮੇਜਾ ਥੈਪਰ ਦੀ ਪਰਸ਼ੂਟ ਦੀ ਸਪਰੇਅ ਹੋ ਜਾ ਕਰੂਗੀ। ਸੇਮ ਉਹੀ ਆ ਵੀ ਇਹਦੇ 'ਚ ਵੀ ਕੋਈ ਕੱਖ ਜਾਂ ਘਾਹ ਫੂਸ ਜਾਂ ਤੁਹਾਡਾ ਅਦਰ ਵਰਾਇਟੀ ਦਾ ਝੋਨਾ ਨਹੀਂ ਰਹੂਗਾ। ਔਰ ਇਹਦੀ ਜਿਹੜੀ 11-21 ਦਾ ਮੈਂ ਗੱਲ ਕਰਾਂ ਤਾਂ ਪ੍ਰਾਈਸ ਵਾਈਜ਼ ਰੇਟ ਵਾਈਜ਼ ਇਹ ਥੋੜ੍ਹਾ ਜਿਹਾ ਜ਼ਿਆਦਾ ਰਹਿੰਦਾ, ਕਾਫੀ ਕਿਸਾਨ ਇਹਨੂੰ ਪਸੰਦ ਕਰਦੇ ਆ। ਬਿਲਕੁਲ, ਇੱਕ ਨਵੀਂ ਜਿਹੜੀ ਪੀਵੀ
1979 ਪੂਸਾ ਬਾਸਮਤੀ 1979 ਇਹ ਵੀ ਆਪਾਂ 11 ਇੱਕਦਮ ਅਪਰੂਵਡ ਵਰਜਨ ਜਿਹੜਾ ਦੇ ਦਿੱਤਾ ਹੈਗਾ। ਲਓ ਵੀ ਦੋਸਤੋ, ਜਿਵੇਂ ਆਪਣੇ ਏਰੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਨਦੀਨਾਂ ਦੇ ਅਤਕੇ, ਆਪਦੀ ਮੈਂ ਤੁਹਾਨੂੰ ਗੱਲ ਦੱਸਾਂ ਬਾਈ ਜੀ, ਪਹਿਲਾਂ ਤਾਂ ਮੈਂ ਮਤਲਬ ਕਿ ਸਪਰੇਆਂ ਉਹਦੇ 'ਚ ਕੀਤੀਆਂ, ਨਹੀਂ ਸੂਤ ਆਇਆ ਝੋਨੇ 'ਚ, ਫਿਰ ਮੈਂ ਕਿੱਲੇ ਦਾ 2,2500 ਰੁਪਏ ਉਹ ਵੀ ਦਿੱਤਾ ਲੇਬਰ ਲੇਬਰ, ਫਿਰ ਵੀ ਨਹੀਂ ਸੂਤ ਆਇਆ, ਅਤੇ ਸਾਡੇ ਏਰੀਆ ਦੇ ਵਿੱਚ ਤਾਂ ਜੀ ਵਰਦਾਨ ਸਾਬਤ ਹੋ ਸਕਦੀ ਹੈ। ਬਿਲਕੁਲ, ਦੇਖੋ ਦੋ ਚੀਜ਼ਾਂ ਨੂੰ ਇਹਦੇ 'ਤੇ ਟੱਚ ਕੀਤਾ ਗਿਆ। ਹਾਂਜੀ ਹਾਂਜੀ, ਮਿਕਸਿੰਗ, ਲੇਬਰ ਕਾਸਟਿੰਗ, ਬਿਲਕੁਲ ਜੀ, ਤੇ ਤੁਹਾਡਾ ਪਾਣੀ ਦੀ ਬਚਤ, ਪਾਣੀ ਦੀ ਬਚਤ, ਕਿਉਂਕਿ ਜੇ ਸਿੱਧੀ ਬਿਜਾਈ ਵੱਲ ਜਾਂਦੇ ਆ ਕਿਸਾਨ ਤਾਂ ਪਾਣੀ ਦੀ ਬਹੁਤ ਵੱਡੀ ਬਚਤ। ਤੇ ਦੋਸਤੋ, ਜਿਨ੍ਹਾਂ ਦੇ ਆਪਾਂ ਖੇਤ ਖੜੇ ਆ ਬਾਈ ਸਤਿਗੁਰੂ ਜੀ ਦੇ, ਉਹਨਾਂ ਕਿਸਾਨ ਨਾਲ ਵੀ ਤੁਹਾਨੂੰ ਮਿਲਾਉਣੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਾਈ ਜੀ, ਪਹਿਲਾਂ ਤਾਂ ਐਂ ਦੱਸੋ ਵੀ ਇਹ ਤੁਸੀਂ ਬਾਸਪਤੀ ਕਿੰਨੇ ਟਾਈਮ ਤੋਂ ਲਾ ਰਹੇ ਹੋ ਜੀ? ਆਪਾਂ ਪਿਛਲੇ 5 ਸਾਲਾਂ ਤੋਂ ਬਿਜਾਈ ਕਰ ਰਹੇ ਬਾਈ ਜੀ ਸਿੱਧੀ। ਅੱਛਾ, 5 ਸਾਲ ਤੋਂ ਸਿੱਧੀ ਕਰ ਰਹੇ? ਹਾਂਜੀ। ਇਹਦੇ ਤੇ ਬਾਈ ਜੀ, ਇੱਥੋਂ ਤੱਕ ਆਪਾਂ ਹੁਣ ਤੱਕ ਦੇਖ ਰਹੇ ਹਾਂ, ਇਹਦੇ ਤੇ ਕਿੰਨੀਆਂ ਸਪਰੇਆਂ ਤੁਸੀਂ ਕਰਦੇ ਆ ਜੀ? ਇਹ ਤੇ ਇੱਕ ਸਪਰੇ ਕੀਤੀ ਜੀ, ਸਿਰਫ ਇੱਕ ਸਪਰੇ ਕੀਤੀ। ਤੇ ਨਦੀਨਾਂ ਵਾਲੀ ਬਾਈ ਜੀ, ਜਿਹੜੀ ਗੱਲ ਮਤਲਬ ਕਿ ਕੰਪਨੀ ਕਹਿ ਰਹੀ ਹੈ ਵੀ ਤੁਸੀਂ ਨਦੀਨਾਂ ਵਾਸਤੇ, ਵੀ ਸਾਡੇ ਏਰੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਸਮੱਸਿਆ ਜੀ, ਤੱਲਾ ਉੱਗ ਜਾਂਦਾ ਜੀ, ਮਤਲਬ ਕਿ ਝੋਨੇ ਨਾਲ ਵੱਧ ਤੱਲਾ ਹੋ ਜਾਂਦਾ ਜੀ। ਸਮਝ ਗਈ। ਤੇ ਤੁਹਾਡੇ ਇੱਥੇ ਬਿਲਕੁਲ ਇੱਕ ਹੀ ਸਪਰੇ ਕੀਤੀ ਤੁਸੀਂ? ਇੱਕ ਹੀ ਸਪਰੇ ਕੀਤੀ, ਇੱਥੇ ਜਿਹੜੀ ਕੰਪਨੀ ਨੇ ਬੀਜ ਦੇ ਨਾਲ ਦਿੱਤੀ ਸੀ। ਠੀਕ ਹੈ ਜੀ, ਮਤਲਬ ਕਿ ਉਹੀ ਸਪਰੇ ਕੀਤੀ ਜੀ, ਉਹ ਨਦੀਨਾਂ ਵਾਸਤੇ ਕੋਈ ਸਪਰੇ ਨਹੀਂ ਕੀਤੀ ਐਕਸਟਰਾ ਜੀ। ਠੀਕ, ਇੱਕ ਹੀ ਕੀਤੀ ਹੈ ਜੀ, ਇੱਕ, ਮਤਲਬ ਕਿ ਸਾਰੇ ਨਦੀਨ ਬਸ ਇਹਨੂੰ ਛੱਡਦੀ, ਝੋਨਾ ਵੀ ਮਾਰ ਦਿੰਦੀ ਹੈ? ਝੋਨਾ ਵੀ ਮਾਰ ਦਿੰਦੀ, ਜਿਹੜਾ ਹੁਣ ਜਿਹੜਾ ਹੋਰ ਕੋਈ ਫਾਲਤੂ ਝੋਨਾ ਖੜਾ ਸੀਗਾ ਜੀ, ਜਿਵੇਂ ਪੀਲੀ ਪੂਛਾ ਕਹਿ ਦਿੰਦੇ ਆ, ਠੀਕ ਠੀਕ, ਜਾਂ ਪਿਛਲੀ ਵਾਰੀ ਸਬੀ ਬੀਜਿਆ ਹੋਇਆ ਸੀਗਾ, ਠੀਕ ਹੈ ਜੀ, ਉਹ ਗਿਆ ਸੀਗਾ, ਮਤਲਬ ਕਿ ਸਾਰੇ ਵੀ ਨਸ਼ਟ ਕਰਤੇ, ਕੱਲਾ ਇਹੀ ਵੀ ਬਚੇ। ਠੀਕ ਠੀਕ, ਇਹਦਾ ਰੇਟ ਮਤਲਬ ਕਿ 11-21 ਜਿੰਨਾ ਜਾਂਦਾ ਕਿ ਕੁਛ ਵੱਧ ਘੱਟ ਜਾਂਦਾ? ਨਹੀਂ, 19 ਸੇਮ ਹੈ ਜੀ, ਕੋਈ ਫਰਕ ਨਹੀਂ ਹੈ। ਠੀਕ, ਬਨਾਵਟ ਦਾ ਤਾਂ ਠੀਕ ਹੈ, ਠੀਕ ਹੈ। ਤੇ ਦੋਸਤੋ, ਉੱਧਰ ਤੁਹਾਨੂੰ 15 ਜਿਹੜੇ 1985-1509 ਦੀ ਜਿਹੜੀ ਸੋਧ ਆ, ਉਹ ਵੀ ਤੁਹਾਨੂੰ ਬਾਈ ਜੀ ਦਾ ਖੇਤ ਦਿਖਾਉਣੇ ਆ ਬਾਈ ਜੀ। ਤੇ ਬਾਈ ਜੀ, ਜਿਹੜੇ ਆਪਾਂ 1985 ਵਾਲੇ ਖੇਤ 'ਚ ਖੜੇ ਹਾਂ, ਹਾਂਜੀ, ਤੇ 1509 ਦੀ ਸੋਧ ਆ ਜਿਹੜੀ ਇਹ, ਹਾਂਜੀ, ਤੇ ਇਹਦੇ ਵਿੱਚ ਮਤਲਬ ਕਿ ਵੀ ਕਦੋਂ ਕਿਹੜੇ ਟਾਈਮ ਤੁਸੀਂ ਲਾਤਾ ਸੀਗਾ ਇਹਦੀ? ਬਾਈ ਜੀ, ਉਹਨੂੰ ਇੱਕ ਦਿਨ ਪਹਿਲਾਂ ਬਿਜਾਈ ਹੋਈ ਇਹਦੀ, 28 ਮਈ ਨੂੰ ਹੋਈ ਹੈ। ਠੀਕ ਹੈ ਜੀ, ਮਤਲਬ ਕਿ ਇਹਦੇ ਵੀ ਅਸੀਂ ਉਹੀ ਦਵਾਈ ਕੀਤੀ ਹੋਈ ਜਿਹੜੀ ਪਰਸੂਟ ਕਹਿ ਰਹੀ ਕੰਪਨੀ ਦੇ ਰਹੀ ਹੈ ਜੀ। ਬਿਲਕੁਲ, ਮਤਲਬ ਕਿ ਇਹਦੇ ਵੀ ਸਾਰੇ ਨਦੀਨ ਮਾਰਦੇ ਜੀ, ਜਿਹੜਾ ਕੋਈ ਹੋਰ ਬੀਜ ਉੱਗਿਆ ਸੀਗਾ ਉਹ ਵੀ ਮਤਲਬ ਕਿ ਇਹਨੇ ਮਾਰਤਾ ਉਹ ਦਵਾਈ ਨੇ ਜੀ, ਇਕੱਲੇ ਇਹੀ ਬੀਜ ਬਚੇ। ਠੀਕ ਠੀਕ ਦੋਸਤੋ, ਇਹ ਬਹੁਤ ਹੀ ਜ਼ਿਆਦਾ ਮਤਲਬ ਕਿ ਤੁਸੀਂ ਯੂਟਿਊਬ 'ਤੇ, ਸੋਸ਼ਲ ਮੀਡੀਆ 'ਤੇ, ਹੋਰ 'ਤੇ ਬਹੁਤ ਵੀਡੀਓ ਦੇਖਦੇ ਹੋ, ਪਰ ਅੱਜ ਉਸ ਖੇਤ ਦੇ ਵਿੱਚ ਪਹੁੰਚੇ ਜਿਹੜੇ ਖੇਤ ਦੀਆਂ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਵੀ ਇਹ ਬਾਸਪਤੀ ਐਵੇਂ ਦੀ ਹੈ ਜਿਹਦੇ ਵਿੱਚ ਇੱਕ ਵਾਰੀ ਤੁਸੀਂ ਸਪਰੇ ਕਰ ਦੋਗੇ ਤੁਹਾਡਾ ਨਾ ਤਾਂ ਕੋਈ ਹੋਰ ਝੋਨਾ ਵਿੱਚ ਸੀਡ ਰਹੂਗਾ ਅਤੇ ਨਾ ਹੀ ਕੋਈ ਹੋਰ ਨਦੀਨ ਰਹੂਗਾ। ਬਿਲਕੁਲ ਜੀ, ਅਤੇ ਇਹਦਾ ਵੀ ਸੇਮ 1509 ਵਾਲਾ ਰੇਟ ਲੱਗਦਾ ਜੀ? ਇਹਦਾ ਵੀ 1509 ਵਾਲਾ ਉਹੀ ਰੇਟ ਲੱਗਦਾ, ਸੇਮ ਹੀ ਰੇਟ ਲੱਗਦਾ। ਠੀਕ ਹੈ ਜੀ, ਸਪਰੇਆਂ ਜਿਵੇਂ ਆਪਣੇ ਇਹਦੇ ਵੀ ਸਪਰੇ ਇੱਕ ਕੀਤੀ ਹੈ ਜੀ ਅਸੀਂ, ਝੰਡਾ ਰੋਗ ਵਾਲਾ, ਕੋਈ ਇਹ 'ਚ ਸਿੱਧੀ ਬਜਾਈ ਜੀ ਕੋਈ ਝੰਡਾ ਰੋਗ ਨਹੀਂ ਆਉਂਦਾ ਜੀ? ਠੀਕ ਠੀਕ, ਮਤਲਬ ਕਿ ਜਿਹੜੀ ਆਪਾਂ ਦੂਸਰੇ ਲੋਟ ਟਰਾਂਸਪੋਰਟ ਕਰ ਕੱਦੂ ਕਰਕੇ ਲਾਉਣੇ ਕਹਿ ਦੀ ਜੀ, ਠੀਕ ਠੀਕ, ਕੁਝ ਝੰਡਾ ਰੋਗ ਦੀ ਦਵਾਈ ਵੀ ਪੈਂਦੀ ਹੈ, ਇਹਦੇ ਕੋਈ ਖਰਚਾ ਨਹੀਂ, ਕੋਈ ਅਸੀਂ ਦਵਾਈ ਨਹੀਂ ਪਾਈ। ਠੀਕ ਹੈ, ਮਤਲਬ ਕਿ ਸਿੱਧੀ ਬਜਾਈ ਕਰੀ ਹੈ, ਬਜਾਈ ਕਰੀ। ਹਾਂਜੀ, ਬਾਕੀ ਦੋਸਤੋ ਤੁਸੀਂ ਇਹ ਮਤਲਬ ਕਿ ਆਪਾਂ ਲੋਕੇਸ਼ਨ ਦੱਸ ਦਿਓ ਖੜੇ ਕਿੱਥੇ ਜੇ ਕਿਸੇ ਹੋਰ ਭੈਣ ਭਰਾ? ਇਹ ਜੀ ਸਨਾਮ ਮਾਨਸਾ ਰੋਡ ਵੱਜਦਾ ਜੀ। ਠੀਕ ਹੈ ਜੀ, ਪਿੰਡ ਬੀਰਕਲਾਂ ਜੀ, ਚੀਮੇ ਦੇ ਨਜ਼ਦੀਕ। ਠੀਕ ਹੈ ਜੀ, ਮੁੱਖ ਮੰਤਰੀ ਸਾਹਿਬ ਦੇ ਪਿੰਡ ਦੇ ਨੇੜੇ, ਸਤੌਜ ਦੇ ਨੇੜੇ। ਠੀਕ, ਤੇ ਬਾਈ ਜੀ ਇੱਧਰ ਹੋਰ ਵੀ ਕਿਸਾਨ ਖੜੇ ਆ, ਉਹਨਾਂ ਨਾਲ ਵੀ ਗੱਲ ਕਰਾਉਣੇ। ਬਾਈ ਜੀ ਤੁਸੀਂ ਵੀ ਲਾਈ ਹੋਈ ਆ, ਤੇ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਇਹ ਜਿਹੜਾ? ਇਹ ਬਹੁਤ ਵਧੀਆ ਚੀਜ਼ ਹੈ ਜੀ। ਠੀਕ, ਕਿੰਨਾ ਟਾਈਮ ਹੋ ਗਿਆ ਲਾਉਂਦੇ ਨੂੰ? ਸਾਨੂੰ ਇਹ ਸਤਿਗੁਰੂ ਦੇ ਨਾਲ ਹੀ ਲਾਉਣ ਲੱਗਿਆ ਜੀ, ਉਦੋਂ ਤੇ ਲਾਉਣ ਲੱਗਿਆ। ਠੀਕ ਠੀਕ ਹੈ ਜੀ, ਕੋਈ ਵਿਕਣ 'ਚ ਕੋਈ ਦਿੱਕਤ ਤਾਂ ਨਹੀਂ? ਕੋਈ ਦਿੱਕਤ ਨਹੀਂ। ਤੇ ਜਿਹੜਾ ਘਾਹ ਵਾਲਾ ਮਤਲਬ ਕਿ ਤੁਸੀਂ ਵੀ ਕੀਤੀ ਸੀਗੀ, ਤੁਹਾਨੂੰ ਲੋੜ ਹੀ ਨਹੀਂ ਪਈ? ਕੀਤੀ ਹੈ ਨਾ, ਉਹ ਵੀ ਕਰੀ ਹੋਈ ਹੈ। ਉਹ ਵੀ ਕਰੀ ਸੀਗੀ, ਤੇ ਬਾਈ ਤੁਸੀਂ ਵੀ ਲਾ ਰਹੇ ਹੋ ਜੀ? ਮਤਲਬ 1 ਕਿਲੋ ਬੀਜੇ ਤੀ ਜੀ। ਠੀਕ ਹੈ ਜੀ, ਆਪਾਂ ਤਾਂ ਕੋਈ ਦਵਾਈ ਨਹੀਂ। ਬਾਕੀ ਦੋਸਤੋ ਤੁਸੀਂ ਇੱਥੇ ਆ ਕੇ ਫੀਲਡ ਦੇ ਵਿੱਚ ਵੀ ਦੇਖ ਸਕਦੇ ਹੋ, ਕਿਉਂਕਿ ਬਹੁਤ ਸੋਹਣਾ ਖੜਾ, ਨਾ ਇਹਨੂੰ ਕੋਈ ਮਤਲਬ ਕਿ ਕਿਸੇ ਵੀ ਤਰ੍ਹਾਂ ਦੇ, ਨਾ ਇਹਨੂੰ ਪਟਾਕੇ, ਜਿਵੇਂ ਆਪਣੇ ਏਰੀਆ ਦੇ ਵਿੱਚ ਤੁਸੀਂ ਦੇਖਦੇ ਹੋ ਦੋਸਤੋ 1509 ਨੂੰ ਬਹੁਤ ਜ਼ਿਆਦਾ ਪਟਾਕਾ ਪਿਆ ਹੁੰਦਾ, ਅਤੇ ਕੋਈ ਸਾਫ਼, ਬਿਲਕੁਲ ਸਾਫ਼ ਦਾਣੇ ਹੈ।
ਤੇ ਤੁਸੀਂ ਅੱਖਾਂ ਨਾਲ ਆਪ ਦੇਖੋਗੇ ਆ ਕੇ ਤੇ ਤੁਹਾਨੂੰ ਹੋਰ ਵਧੀਆ ਜ਼ਿਆਦਾ ਲੱਗੂਗਾ। ਬਿਲਕੁਲ ਵੀਡੀਓ 'ਚੋਂ ਗੱਲ ਨਹੀਂ ਬਣਦੀ, ਨਹੀਂ ਬਣਦੀ, ਤੇ ਬਾਕੀ ਦੋਸਤੋ ਵੀਡੀਓ ਕੋਈ ਮਰਜ਼ੀ ਬਾਈ ਜੀ ਆਪਣੇ ਆਪ ਉਰੇ ਆ ਕੇ ਦੇਖ ਸਕਦਾ, ਮੇਰਾ ਨੰਬਰ ਦੇ ਦਿਓ, ਠੀਕ ਹੈ ਜੀ, ਆਪਣੇ ਨਾਲ ਗੱਲ ਕਰ ਸਕਦਾ। ਨੰਬਰ ਬੋਲ ਦਿਓ, ਨੰਬਰ, ਹਾਂ ਨੰਬਰ ਮੇਰਾ 98761 ਜੀ, ਠੀਕ ਹੈ ਜੀ, 93655, ਠੀਕ ਹੈ, ਸਤਿਗੁਰ ਸਿੰਘ ਮੇਰਾ ਨਾਂ, ਪਿੰਡ ਵੀਰ ਕਲਾਂ, ਜ਼ਿਲ੍ਹਾ ਸੰਗਰੂਰ ਜੀ, ਠੀਕ ਹੈ, ਠੀਕ ਹੈ, ਚਲੋ ਠੀਕ ਹੈ ਬਾਈ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।